ਜੋੜੀਆਂ ਜਗ ਥੋੜੀਆਂ ਨਰਨ ਬਥੇਰੇ। ਸਤਿ ਸ਼੍ਰੀ ਅਕਾਲ ਜੀ, ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਆਇਆ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ ਗੱਲਾਂ ਵਿਦ ਗੁਲਾਬੋ। ਅਤੇ ਫੇਵਰੇਟ ਸ਼ੋਅ ਹੈਗਾ ਅਤੇ ਫੇਵਰੇਟ ਗੱਲਾਂ ਕਰਨੀਆਂ ਆ। ਅੱਜ ਦਾ ਸਾਡਾ ਟੋਪਿਕ ਹੈਗਾ ਜੀ, ਜਿਹੜੇ ਵਿਆਹ ਹੁੰਦੇ ਨੇ ਨਾ, ਕਿਸੇ ਵੀ ਮੈਰਿਜ ਜਿਹੜੀ ਉਹ ਸਕਸੈਸਫੁਲ ਹੁੰਦੀ ਆ, ਉਹਦੇ ਪਿੱਛੇ ਕੀ ਹੱਥ ਹੁੰਦਾ ਆ, ਮਤਲਬ ਕਿ ਫਾਰਮੂਲਾਜ਼ ਆਫ ਸਕਸੈਸਫੁਲ ਮੈਰਿਜ ਕਿੱਦਾਂ ਸੇਮ ਹੀ ਆ। ਮਤਲਬ ਆਪਾਂ ਅੱਜ ਗੱਲ ਕਰ ਰਹੀ ਹਾਂ ਵੀ ਜੇ ਤੁਹਾਡੇ ਵਿਆਹ ਜਿਹੜੇ ਨੇ ਉਹ ਸਕਸੈਸਫੁਲ ਹੋਏ ਨੇ, ਉਹਦੇ ਪਿੱਛੇ ਕੋਈ ਖਾਸ ਫਾਰਮੂਲਾ ਤੁਸੀਂ ਲਾਇਆ ਸੀਗਾ ਵੀ ਐਵੇਂ ਹੀ ਮਤਲਬ ਤੁੱਕੇ ਨਾਲ ਹੀ ਸਕਸੈਸਫੁਲ ਹੋ ਗਏ। ਦੇਖੋ ਜੀ, ਹੁਣ ਕਈ ਵਿਆਹ ਸਕਸੈਸਫੁਲ ਹੁੰਦੇ ਨੇ, ਕਈ ਨਹੀਂ ਹੁੰਦੇ ਨੇ, ਅਤੇ ਕੁਛ ਤਾਂ ਉਹਦੇ ਕਾਰਨ ਰਹਿੰਦੇ ਹੋਣਗੇ ਨਾ। ਕਈ ਵਾਰ ਅੱਜ ਕੱਲ੍ਹ ਜਿਹੜੀ ਉਹ ਬਾਹਲੀ ਜਿਹੀ ਚੱਲਦੀ ਚੀਜ਼ ਜਿਹੜੀ ਮਿਊਚੁਅਲ ਅੰਡਰਸਟੈਂਡਿੰਗ ਕਹਿੰਦੇ ਨੇ, ਉਹ ਨਹੀਂ ਬਣਦੀ ਅੱਜ ਕੱਲ੍ਹ ਲੋਕਾਂ 'ਚ। ਉਹ ਪਤਾ ਨਹੀਂ ਕੀ ਗੱਲ ਆ, ਅੱਜ ਕੱਲ੍ਹ ਯੰਗ ਜਨਰੇਸ਼ਨ ਦੀ ਜਿਹੜੀ ਪ੍ਰੋਬਲਮ ਆ ਵੀ ਮਿਊਚੁਅਲ ਅੰਡਰਸਟੈਂਡਿੰਗ ਨਹੀਂ ਬਣੀ ਜੀ, ਫ੍ਰੀਕੁਐਂਸੀ ਨਹੀਂ ਮੈਚ ਹੋਈ, ਟਿਊਨਿੰਗ ਨਹੀਂ ਬਣੀ, ਹੈ ਨਾ। ਉਹ ਕੀ ਚੀਜ਼ ਆ ਉਹ ਆਪਾਂ ਤੁਹਾਨੂੰ ਪੁੱਛਣਾ ਆ। ਹੁਣ ਦੇਖੋ, ਕੋਈ ਵੀ ਜੇ ਬੰਦਾ ਵਿਆਹ ਕਰਾਉਂਦਾ ਆ, ਜਿੱਦਾਂ ਤੁਸੀਂ ਕਰਾਇਆ ਹੋਣਾ ਆ ਜਾਂ ਤੁਹਾਡੇ ਵਿਚੋਲੇ ਨੇ ਕਰਾਇਆ ਹੋਣਾ, ਕੋਈ ਕਾਮਨ ਚੀਜ਼ ਆ ਬੰਦਾ ਵੇਖਦਾ ਆ, ਹੈ ਨਾ। ਕਹਿੰਦੇ ਨੇ ਵੀ ਡਾਕਟਰ ਦਾ ਵਿਆਹ ਡਾਕਟਰ ਨਾਲ ਹੁੰਦਾ ਆ, ਉਹ ਤਾਂ ਹੀ ਨਿਭਦੀ ਆ। ਇੰਜੀਨੀਅਰ ਦਾ ਵਿਆਹ ਇੰਜੀਨੀਅਰ ਨਾਲ ਹੁੰਦਾ ਆ, ਉਹ ਤਾਂ ਹੀ ਨਿਭਦੇ ਆ। ਟੀਚਰ ਦਾ ਵਿਆਹ ਟੀਚਰ ਨਾਲ ਹੁੰਦਾ ਆ, ਅਤੇ ਆ ਕੀ ਕਾਰਨ ਨੇ? ਮਤਲਬ ਜੇ ਕਹਿੰਦੇ ਨੇ ਵੀ ਉਹ ਨਿਭਦੇ ਆ, ਸਕਸੈਸਫੁਲ ਹੁੰਦੇ ਆ, ਅਤੇ ਇੱਦਾਂ ਵਾਕਿਆ ਹੀ ਹੁੰਦਾ ਹੈ ਕਿ ਤੁੱਕੇ ਨਾਲ ਹੀ ਹੋ ਜਾਂਦੇ ਨੇ? ਆਪਾਂ ਤੁਹਾਨੂੰ ਅੱਜ ਇਹੀ ਗੱਲ ਪੁੱਛਣੀ। ਤੁਸੀਂ ਫੋਨ ਕਰਨਾ ਹੈ ਜੀ 3 4 7 2 5 2 1 2 3 2, ਅਤੇ ਸਾਡੇ ਨਾਲ ਪਿਆਰ ਭਰੀਆਂ ਗੱਲਾਂ ਕਰਨੀ, ਆਪਣੇ ਸੁਝਾਓ ਦੇਣੇ ਨੇ। ਉਹ ਤੁਹਾਨੂੰ ਇਸ ਕਰਕੇ ਪੁੱਛ ਰਿਹਾ ਕਿਉਂਕਿ ਜਿਹੜੇ ਸਾਡੇ MD ਸਰ ਨੇ ਨਾ, ਇਹ ਤਾਂ ਸਾਡੇ ਡਾਇਰੈਕਟਰ ਨੇ, ਉਹਨਾਂ ਦਾ ਵਿਆਹ ਹੋਣ ਵਾਲਾ ਆ, ਅਤੇ ਉਹ ਬੜਾ ਡਰਦੇ ਨੇ ਵੀ ਯਾਰ ਮੇਰਾ ਵਿਆਹ ਹੋਣ ਵਾਲਾ ਆ, ਅਤੇ ਮੈਂ ਕੀ ਕਰਾਂ ਵੀ ਸਕਸੈਸਫੁਲ ਹੋਏ ਮੇਰੀ ਮੈਰਿਜ। ਉਹਨਾਂ ਨੂੰ ਬੜਾ ਡਰ ਲੱਗਦਾ ਆ, ਹੈ ਨਾ। ਅਤੇ ਇਹ ਗੱਲ ਆਪਾਂ ਤੁਹਾਨੂੰ ਪੁੱਛਣੀ ਤਾਂ ਕਿ ਉਹਨਾਂ ਤੱਕ ਪਹੁੰਚਾ ਦਈਏ ਕਿ ਇੱਕ ਸਕਸੈਸਫੁਲ ਮੈਰਿਜ ਦੇ ਕੀ ਰੂਲਸ ਐਂਡ ਰੈਗੂਲੇਸ਼ਨਸ ਨੇ। ਸਾਡਾ ਕਾਲਰ ਜੁੜ ਚੁੱਕੇ ਨੇ ਜੀ, ਹੈਲੋ ਹੈਲੋ। ਆਹ ਵੇਖ ਲਓ, ਆਪਸ 'ਚ ਗੱਲਾਂ ਕਰੀ ਜਾਂਦੇ ਨੇ, ਮੈਨੂੰ ਸਮਝ ਨਹੀਂ ਲੱਗਦੀ। ਅੱਛਾ, ਤੁਸੀਂ ਸੁਝਾਓ ਦੇਣੇ ਨੇ ਤਾਂ ਦੇ ਦਿਓ, ਕੋਈ ਚੱਕਰ ਨਹੀਂ ਹੈਗਾ, ਆਪਾਂ ਆਪਣੇ MD ਸਰ ਤੱਕ ਪਹੁੰਚਾ ਦੇਣਾ। ਉਹਨਾਂ ਦਾ ਵਿਆਹ ਹੋਣ ਵਾਲਾ ਹੈ ਨਾ, ਉਹਨਾਂ ਦੀ ਇੰਨੀ ਮਦਦ ਤਾਂ ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਮੈਰਿਡ ਹੋ ਤਾਂ ਸਲਾਹ ਦੇ ਦਿਓ, ਜੇ ਅਨਮੈਰਿਡ ਹੋ ਤਾਂ ਤੁੱਕਾ ਹੀ ਮਾਰ ਦਿਓ, ਹੈ ਕਿ ਨਹੀਂ? ਹੈਲੋ। ਹਾਂ, ਕਾਲ ਪੈਚ ਕਰਨ ਵਿੱਚ ਥੋੜ੍ਹਾ ਟਾਈਮ ਲੱਗ ਰਿਹਾ ਜੀ ਸਾਨੂੰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਕੀ ਨਾਮ ਤੁਹਾਡਾ? ਹਾਂਜੀ, ਕੀ ਨਾਮ ਹੈ? ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਕੁਈਨਸ ਤੋਂ ਬੋਲਦਾ ਜੀ। ਅੱਛਾ, ਟੌਪਿਕ ਸਮਝ ਲੱਗਾ ਸਾਡਾ ਅੱਜ ਦਾ? ਹਾਂਜੀ ਹਾਂਜੀ, ਮੈਰਿਜ ਸਕਸੈਸਫੁਲ ਕਿਉਂ ਕਿਵੇਂ ਹੁੰਦੀ ਹੈ? ਹਾਂਜੀ, ਉਹਦੇ ਫਾਰਮੂਲਾ ਹੁੰਦੇ ਨੇ ਕਈ। ਹਾਂਜੀ, ਫਾਰਮੂਲਾ ਇੱਕੋ ਹੀ ਹੁੰਦਾ ਜੀ। ਕੀ ਭਲਾ? ਜੇ ਡੰਡਾ ਚੱਕਣਾ ਤਾਂ ਦੋਨਾਂ ਨੂੰ ਚੱਕਣਾ ਚਾਹੀਦਾ ਇੱਕ ਬੰਦੇ ਨੂੰ। ਆ ਸਲਾਹ ਦੇ ਰਹੇ ਹੋ ਤੁਸੀਂ, ਪੁੱਠੀ ਸਿੱਧੀ ਸਲਾਹਾਂ ਦੇ ਰਹੇ ਹੋ, ਹੈ? ਨਹੀਂ, ਪੁੱਠੀ ਸਿੱਧੀ ਸਲਾਹ ਕਿਉਂ? ਸੱਚੀ ਗੱਲ ਆ, ਹੀ ਫਾਰਮੂਲਾ ਆ। ਹੋਰ ਕੀ, ਜੇ ਇੱਕ ਬੰਦਾ ਡੰਡਾ ਚੱਕੂਗਾ ਤਾਂ ਦੂਜਾ ਭੱਜੂਗਾ, ਜੇ ਦੋਨੋਂ ਚੱਕਣਗੇ ਤਾਂ ਦੋਨੋਂ ਥੱਲੇ ਰੱਖ ਕੇ ਆਪੇ ਗੱਲਾਂ ਬਾਤਾਂ ਕਰਨਗੇ। ਅੱਛਾ, ਮਤਲਬ ਬਰਾਬਰ ਦੀ ਟੱਕਰ ਹੋਣੀ ਚਾਹੀਦੀ ਆ। ਹਾਂ, ਹੋਰ ਕਿਵੇਂ ਗੱਲ ਹੋਊਗੀ? ਤੁਹਾਡੇ ਮੈਮ ਲੱਗਦਾ ਕੋਲ ਹੀ ਬੈਠੇ ਨੇ। ਨਹੀਂ ਤਾਂ ਇੱਕ ਬੰਦਾ ਇੱਕ ਡੰਡਾ ਚਲਾਊਗਾ, ਦੂਜਾ ਜ਼ਬਾਨ ਚਲਾਊਗਾ, ਕੋਈ ਫਾਇਦਾ ਨਹੀਂ ਹੋਣਾ। ਹਾਂ, ਡੰਡੇ ਮੂਰੇ ਜ਼ਬਾਨ ਨਹੀਂ ਚੱਲਦੀ ਹੁੰਦੀ। ਅੱਛਾ, ਤੁਸੀਂ ਡਰਾ ਰਹੇ ਹੋ? ਨਾ ਨਾ ਨਾ, ਮੈਂ ਡਰਾ ਨਹੀਂ ਰਿਹਾ, ਮੈਂ ਕਿਹਾ ਡਰਨਾ ਨਹੀਂ ਚਾਹੀਦਾ। ਜੇ ਡੰਡਾ ਡੰਡਾ ਚੱਕਿਆ ਤਾਂ ਮੂਰੇ ਡੰਡਾ ਚੱਕਣਾ ਚਾਹੀਦਾ, ਮਤਲਬ ਹਨਾ, ਕਰ ਦੇਣਾ ਚਾਹੀਦੀ, ਵਾਰ ਹੋ ਜਾਣੀ ਚਾਹੀਦੀ ਹੈ, ਲਵ ਐਂਡ ਵਾਰ।
ਠੀਕ ਆ ਜੀ, ਬਹੁਤ ਵਧੀਆ ਸਲਾਹ ਲੱਗੀ ਤੁਹਾਡੀ। ਮੈਨੂੰ ਲੱਗਦਾ ਤੁਹਾਡੇ ਮੈਮ ਕੋਲ ਬੈਠੇ ਨੇ, ਹੁਣ ਉਹ ਤੁਹਾਨੂੰ ਦੱਸਣਗੇ ਵੀ ਮੈਰਿਜ ਸਕਸੈਸਫੁਲ ਦਾ ਹੀ ਫਾਰਮੂਲਾ ਸੀਗਾ ਸਾਡਾ। ਹੈ ਪੁੱਛ ਲਓ, ਦੱਸ ਦਿੰਦਾ ਮੈਂ ਉਹਨੇ ਫੋਨ। ਉਹ ਤਾਂ ਹੱਸੀ ਜਾ ਰਹੇ ਨੇ। ਹੈਲੋ ਹੈਲੋ, ਮੈਂ ਕਿਹਾ ਮੇਰਾ ਖਿਆਲ ਚੰਦਾ ਲੈਣ ਗਈ ਆ। ਉਹ ਨਹੀਂ ਹੁਣ ਬੋਲਦੇ। ਠੀਕ ਹੈ ਜੀ, ਬਿਲਕੁਲ ਬਿਲਕੁਲ, ਤੁਹਾਡਾ ਫੇਰ ਗੱਲ ਕਰਦੇ ਅਗਲੇ ਅਗਲੇ ਕਾਲ ਨੂੰ ਪੁੱਛਦੇ। ਆ ਗਈ, ਆ ਗਏ ਨੇ, ਮੈਨੂੰ ਵੀ ਡੰਡਾ ਚੱਕ ਲੈਣਾ, ਚੰਗਾ ਚੱਕ ਰਿਹਾ ਗਈ। ਓਕੇ ਚੰਦੋ ਜੀ, ਠੀਕ ਹੈ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਾਰਥ ਕੈਰੋਲਾਈਨਾ ਤੋਂ ਗੁਰਚੰਨ ਬੋਲਦੀ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਅੱਜ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਜੀ, ਤੁਹਾਡਾ ਸੂਟ ਬੜਾ ਸੋਹਣਾ। ਇਹ ਤਾਂ ਹੁਣ ਮੈਂ ਮੰਨ ਕੇ ਹੀ ਚੱਲਦੀ ਹਾਂ ਵੀ ਮੈਂ ਜਿਹੜਾ ਸੂਟ ਪਾਇਆ ਨਾ ਉਹ ਸੋਹਣਾ ਹੀ ਹੋਣਾ ਆ, ਹੈ ਕਿ ਨਹੀਂ? ਹਾਂਜੀ, ਠੀਕ ਹੈ ਜੀ, ਥੈਂਕ ਯੂ ਸੋ ਮੱਚ। ਅੱਜ ਨਹੀਂ ਮੈਂ ਭੇਜਣਾ, ਹੁਣ ਰੋਜ਼ ਰੋਜ਼ ਮੈਂ ਸੂਟ ਭੇਜੀ ਜਾਵਾਂ ਬਾਹਰ, ਹੈ ਨਾ? ਹਾਂਜੀ, ਠੀਕ ਆ ਜੀ। ਤੇ ਦੂਜੀ ਗੱਲ ਤੁਸੀਂ ਪਹਿਲੀ? ਹਾਂਜੀ, ਦੂਜੀ ਗੱਲ ਇਹ ਹੈ ਜੀ, ਸਾਡੀ ਮੈਰਿਜ ਨੂੰ 29 ਈਅਰ ਹੋ ਗਏ। ਅਰੇ ਵਾਹ! ਤੇ ਬਸ ਇਹ ਹੀ ਫਾਰਮੂਲਾ ਵੀ ਜਦੋਂ ਕੋਈ ਬੋਲੇ ਉਦੋਂ ਚੁੱਪ ਹੋ ਜਾਏ, ਜਦੋਂ ਆਪਦਾ ਦਾ ਲੱਗੇ ਉਦੋਂ ਫਿਰ ਆਪ ਸਵਾਰ ਹੋ ਜਾਓ। ਅੱਛਾ ਜੀ, ਮੌਕੇ ਤੇ ਚੌਕਾ ਮਾਰ ਦੋ। ਹਾਂਜੀ, ਅੱਛਾ, ਚੁੱਪ ਚੁੱਪ ਰਹਿ ਲੈਂਦੀਆਂ ਜਨਾਨੀਆਂ? ਥੋੜਾ ਜਿਹਾ ਜੇ ਕੋਈ ਗੱਲ ਹੋਵੇ ਫਿਰ ਚੁੱਪ ਕਰਨਾ ਹੀ ਪੈਂਦਾ, ਹੈ ਨਾ? ਜਦੋਂ ਪਤਾ ਹੁੰਦਾ ਆਪਣੀ ਗਲਤੀ ਤਾਂ ਹੀ ਚੁੱਪ ਰਹਿੰਦੀਆਂ, ਨਹੀਂ ਤੇ ਬੋਲੀ ਜਾਂਦੀਆਂ ਨੇ। ਉਹ ਥੋੜਾ ਦੂਰ ਹੋ ਕੇ ਬੋਲ ਲਓ ਨਾ, ਜਿਹੜਾ ਕਿਸੇ ਨਾ ਸੁਣੇ ਕਿ ਕੁੱਟ ਨਾ ਪੈ ਜੇ। ਹਾਂਜੀ, ਅੱਛਾ, ਬੋਲਣਾ ਆ ਭਾਵੇਂ ਕਿਸੇ ਨੂੰ ਨਾ ਸੁਣੇ, ਬੋਲ ਲੈਣਾ, ਆਪਣੇ ਮਨ ਦੀ ਭੜਾਸ ਕੱਢ ਲੈਣੀ ਆ। ਹਾਂਜੀ, ਅੱਛਾ ਜੀ, ਤੁਹਾਡਾ ਇਹ ਫਾਰਮੂਲਾ ਆ ਮਤਲਬ ਸਕਸੈਸਫੁਲ ਹੋਣ ਦਾ ਮੈਰਿਜ ਦਾ? ਹਾਂਜੀ, ਬਸ ਹੁਣ ਤਾਂ ਕੋਈ ਫਾਰਮੂਲਾ ਨਹੀਂ, ਹੁਣ ਤਾਂ ਟਾਈਮ ਬਹੁਤ ਲੰਘ ਗਿਆ, ਹੁਣ ਤਾਂ ਭਾਵੇਂ ਕੁਛ ਹੋਈ ਜਾਵੇ ਹੁਣ ਤਾਂ ਟੁੱਟਣੀ ਨਹੀਂ। ਅੱਛਾ ਜੀ, ਮਤਲਬ ਹੁਣ ਫੋਰ ਗ੍ਰਾਂਟਿਡ ਹੋ ਗਿਆ ਵੀ ਹੁਣ ਤਾਂ ਭਾਈ ਤੂੰ ਕਿਤੇ ਨਹੀਂ ਜਾਂਦਾ। ਹਾਂਜੀ ਹਾਂਜੀ, ਹੈ ਨਾ, ਇਹ ਹੋ ਗਿਆ। ਕੀ ਬਾਤ, ਹੁਣ ਤਾਂ ਭਾਵੇਂ ਸਾਹਮਣੇ ਬੋਲ ਲਈਏ ਚਾਹੇ ਓਲੇ ਬੋਲ ਲਈਏ, ਹੁਣ ਤਾਂ ਕੋਈ ਗੱਲ ਹੀ ਨਹੀਂ, ਕੋਈ ਫਿਕਰ ਨਹੀਂ। ਨਹੀਂ ਤੇ ਹੁਣ ਉਹ ਕੋਲ ਨੇ? ਨਹੀਂ, ਹੁਣ ਕੋਲ ਨਹੀਂ, ਕੋਲ ਨਹੀਂ ਹੈਗੇ, ਹੈ ਨਾ? ਤਾਂ ਹੀ ਤੁਸੀਂ ਬੋਲ ਰਹੇ ਹੋ ਵੀ ਜੇ ਦਾ ਲੱਗਦਾ ਤਾਂ ਮੈਂ ਬੋਲ ਹੀ ਲੈਂਦੀ ਹਾਂ। ਬਹੁਤ ਵਧੀਆ ਲੱਗਾ ਤੁਹਾਡਾ ਫਾਰਮੂਲਾ। ਹੋਰ ਕੋਈ ਸਲਾਹ ਤੇ ਨਹੀਂ ਦੇਣੀ? ਨਹੀਂ, ਹੋਰ ਮੇਰਾ ਕੋਈ ਬਹੁਤਾ, ਬਸ ਮੇਰਾ ਤੇ ਇਹੀ ਤਜਰਬਾ, ਬਾਕੀ ਕਿਸੇ ਦੇ ਸੁਭਾਅ ਹਾਲਾਤ ਮੁਤਾਬਕ ਵੀ ਗੱਲ ਹੁੰਦੀ ਹੈ, ਕਿਸੇ ਦਾ ਸੁਭਾਅ ਕਿਹੋ ਜਿਹਾ ਹੁੰਦਾ, ਵੱਖਰੇ ਵੱਖਰੇ ਹੁੰਦੇ ਆ। ਬਿਲਕੁਲ ਬਿਲਕੁਲ, ਹਾਂਜੀ, ਸਾਰੇ ਥਾਂ ਇੱਕ ਫਾਰਮੂਲਾ ਨਹੀਂ ਨਾ ਚੱਲਦਾ, ਇੱਕ ਫਾਰਮੂਲਾ ਨਹੀਂ ਚੱਲਦਾ ਨਾ, ਡਿਪੈਂਡ ਕਰਦਾ ਆ ਵੀ, ਹੈ ਨਾ, ਕਿੱਦਾਂ ਦੀ ਸਿਚੁਏਸ਼ਨਸ ਦੇ ਬੰਦੇ ਦੀਆਂ, ਕਿੱਦਾਂ ਦਾ ਮਾਹੌਲ ਆ। ਹਾਂਜੀ, ਠੀਕ ਹੈ, ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਲੱਗਾ ਤੁਹਾਡੇ ਸਲਾਹ ਜਿਹੜੀ ਸੀਗੀ, ਬਹੁਤ ਵਧੀਆ ਲੱਗੀ ਸਾਨੂੰ, ਥੈਂਕ ਯੂ ਸੋ ਮੱਚ। ਹੈਲੋ, ਨੈਕਸਟ ਕਾਲਰ ਕਿੱਥੇ ਨੇ ਜੀ? ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ? ਮੇਰਾ ਨਾਮ ਰੂਬੀ ਆ ਜੀ। ਰੂਬੀ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਵਾਸ਼ਿੰਗਟਨ ਕੈਂਟ ਤੋਂ ਬੋਲਦੇ ਆ ਭੈਣ ਜੀ। ਅੱਛਾ ਜੀ, ਤੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ? ਮੈਨੂੰ ਵੈਸੇ, ਮੈਂ ਹਲੇ ਹੁਣੇ ਟੀਵੀ ਆਨ ਕੀਤਾ, ਮੈਨੂੰ ਕੁਛ ਪਤਾ ਨਹੀਂ, ਤੁਸੀਂ ਦੱਸ ਸਕਦੇ ਕੀ ਕਾਹਦੇ ਬਾਰੇ ਪੁੱਛ ਰਹੇ ਹੋ? ਬਿਲਕੁਲ ਦੱਸ ਸਕਦੇ ਆ ਜੀ, ਅੱਜ ਆਪਾਂ ਇਹ ਟੌਪਿਕ ਚੱਕਿਆ ਸੀਗਾ ਵੀ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਜਿਹੜੀਆਂ, ਹਨਾ, ਤੇ ਉਹ ਜਿਹੜੀਆਂ ਸਕਸੈਸਫੁਲ ਜਿਹੜੇ ਵਿਆਹ ਹੁੰਦੇ ਨੇ, ਜਿਹੜੇ, ਹਨਾ, ਬੜੇ ਵਧੀਆ ਚੱਲ ਰਹੇ ਹੁੰਦੇ ਨੇ, ਉਹਨਾਂ ਦੇ ਪਿੱਛੇ ਕੀ ਕਾਰਨ ਹੁੰਦਾ, ਕੋਈ ਫਾਰਮੂਲਾ ਹੁੰਦਾ? ਨਹੀਂ, ਵੈਸੇ ਕੀ ਸਾਰਾ ਅਰੇਂਜਮੈਂਟ ਉਹਨਾਂ ਨੇ ਆਪਣੇ ਆਪ ਕੀਤਾ ਹੁੰਦਾ, ਤਾਂ ਉਸ ਨੂੰ ਉਹਨਾਂ ਨੇ ਇੱਕ ਸਕੇਜੂਲ ਕੀਤਾ ਹੋ ਕਿ ਕਿਸ ਤਰ੍ਹਾਂ ਮੇਨਟੇਨ ਕਰਨਾ। ਅੱਛਾ, ਮਤਲਬ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਆ ਵੀ ਆਪਸ 'ਚ ਸਲਾਹ ਕੀਤੀ ਹੁੰਦੀ ਆ ਵੀ ਯਾਰ ਆਪਾਂ ਨਿਭਾਣੀ ਆ।
ਹਾਂਜੀ ਘਰਦਿਆਂ ਦੀ ਸਾਰਿਆਂ ਦੀ ਸਲਾਹ ਹੁੰਦੀ ਆ ਵੀ ਕਿਹੜਾ ਕੰਮ ਕਿਸੇ ਨੇ ਕਰਨਾ ਕਿਹੜਾ ਕਿਸੇ ਨੇ ਕਰਨਾ। ਬਿਲਕੁਲ ਬਿਲਕੁਲ ਬਿਲਕੁਲ, ਮਤਲਬ ਆਪਣੀ ਆਪਣੀ ਡਿਊਟੀਜ਼ ਦੇ ਬੰਦਾ ਵਧੀਆ ਤਰ੍ਹਾਂ ਭੁਗਤਾਏ, ਇਹੀ ਕਹਿਣਾ ਚਾਹੋਗੇ? ਹਾਂਜੀ ਹਾਂਜੀ ਹਾਂਜੀ। ਔਰ ਤੁਸੀਂ ਕੋਈ ਸੌਂਗ ਵੀ ਸੁਣਾਉਂਦੇ ਪਏ? ਕਿਵੇਂ, ਕੋਈ ਸੌਂਗ ਵੀ ਸੁਣਾਉਂਦੇ ਆ ਤੁਸੀਂ? ਤੁਸੀਂ ਸੁਣਾ ਦਿਓ ਸਾਨੂੰ। ਨਹੀਂ ਮੈਨੂੰ ਤਾਂ ਨਹੀਂ ਆਉਂਦਾ ਕੋਈ, ਤੁਸੀਂ ਇੱਕ ਸੁਣਾ ਸਕਦੇ? ਮੇਰੀ ਆਵਾਜ਼ ਇੰਨੀ ਚੰਗੀ ਨਹੀਂ ਹੈਗੀ, ਮੈਨੂੰ ਚੈਨਲ ਵਾਲਿਆਂ ਨੇ ਪਹੁੰਚਾ ਦੇਣਾ ਆ। ਮੈਂ ਇੱਦਾਂ ਕਰਦੀ ਹਾਂ, ਕਈ ਕਾਲ ਕਰਦੇ ਆ ਕਿ ਹਾਂ ਤੁਸੀਂ ਗਾਣਾ ਸੁਣ ਸਕਦੇ ਆ ਕਿ ਤੁਸੀਂ ਕਿਹੜਾ ਗਾਣਾ। ਹਾਂਜੀ ਹਾਂਜੀ ਹਾਂਜੀ, ਸਾਡੇ ਐਕਚੁਅਲੀ ਸਾਡੇ ਦੂਜੇ ਪ੍ਰੋਗਰਾਮ ਚੱਲਦੇ ਨੇ ਨਾ, ਉਹ ਵੱਖਰੇ ਵੱਖਰੇ ਟਾਈਮ ਤੇ ਚੱਲਦੇ ਨੇ, ਹਨਾ? ਓਕੇ ਓਕੇ ਠੀਕ ਆ, ਓਕੇ ਜੀ ਠੀਕ ਹੈ ਨਾ। ਇਸ ਪ੍ਰੋਗਰਾਮ 'ਚ ਆਪਾਂ ਤੁਹਾਡੇ ਕੋਲ ਸਲਾਹ ਲੈਂਦੇ ਆ, ਅਗਲੀ ਵਾਰ ਮੈਂ ਗਾਣਾ ਵੀ ਸੁਣਾ ਦੂੰਗੀ ਜੀ। ਬਿਲਕੁਲ ਜੀ, ਆਹ ਮੈਨੂੰ ਕਹਿ ਰਹੇ ਸੀ ਗਾਣਾ ਸੁਣਾ, ਤੇ ਮੈਨੂੰ ਇਹਨਾਂ ਨੇ ਕਿਹਾ ਹੀ ਨਹੀਂ ਵੀ ਗਾਣਾ ਸੁਣਿਆ ਹੀ ਨਹੀਂ, ਵੇਖ ਲਓ ਕੱਟ ਗਏ ਨੇ। ਕੋਈ ਗੱਲ ਨਹੀਂ ਜੀ, ਫਿਰ ਸੁਣਾ ਦਾਂਗੇ ਜੀ। ਲੈਣੇ ਜੀ ਇੱਕ ਨਿੱਕਾ ਜਿਹਾ ਪਿਆਰਾ ਜਿਹਾ ਬ੍ਰੇਕ। ਚਿੱਟੇ ਚੋਲੇ ਜਿਨ੍ਹਾਂ ਨੇ ਪੁਨੇ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਇੱਕ ਫਾਰਮੂਲਾ ਤਾਂ ਮੈਨੂੰ ਪਤਾ ਲੱਗ ਗਿਆ ਵੀ ਚਿੱਟੇ ਚੌਲ ਪੁੰਨ ਕਰਨੇ ਚਾਹੀਦੇ, ਦਾਨ ਪੁੰਨ ਕੱਢਣਾ ਚਾਹੀਦਾ ਚਿੱਟੇ ਚੌਲਾਂ ਦਾ, ਤਾਂ ਹੀ ਵਧੀਆ ਜੋੜੀਆਂ ਮਿਲਦੀਆਂ। ਬਾਕੀ ਤੁਸੀਂ ਮੈਨੂੰ ਦੱਸ ਦੇਣਾ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਬੇਟੇ? ਵਧੀਆ ਜੀ, ਕੌਣ ਬੋਲਦੇ? ਮੈਂ ਸਰਜੀਤ ਕੌਰ ਬੋਲਦੀ। ਕਿਧਰੋਂ? ਨਿਊਯਾਰਕ ਤੋਂ। ਅੱਛਾ ਜੀ, ਮਾੜਾ ਜਿਹਾ ਹੋਰ ਉੱਚੀ ਬੋਲੋ, ਸਾਰੇ ਕਾਲਜ ਨੂੰ ਸੁਣਨਾ ਚਾਹੀਦਾ ਹੈ ਨਾ। ਅੱਛਾ, ਸਾਰੇ ਉੱਚੀ ਬੋਲਣਾ? ਇਹਦਾ ਤੁਸੀਂ ਚਾਹ ਪੀ ਲਈ? ਚਾਹ ਕਿੱਥੇ ਮਿਲਦੀ ਆ ਸਾਨੂੰ? ਕਿਉਂ, ਚਾਹ ਤਾਂ ਦਾ ਟਾਈਮ, ਚਾਹ ਦਾ ਨਾਲ ਲੈਂਦੇ ਤੇ ਅਸੀਂ ਜਾ ਕੇ ਪੀਂਦੀ ਵੀ ਘਰੇ। ਦੇਖ ਲਓ, ਨਹੀਂ ਅਸੀਂ ਚਾਹਨੇ ਵੀ ਤੁਸੀਂ ਚਾਹ ਪੀਂਦੇ ਪੀਂਦੇ ਸਾਡੇ ਨਾਲ ਗੱਪਾਂ ਮਾਰੋ। ਅੱਛਾ, ਸਾਡੀ ਰਾਤ ਹੈ, ਤੁਹਾਡਾ ਦਿਨ ਹੈ? ਹਾਂਜੀ, ਤੁਹਾਡਾ ਦਿਨ ਹੈ, ਸਾਡੀ ਰਾਤ ਹੈ। ਹਾਂਜੀ ਹਾਂਜੀ, ਤੁਹਾਨੂੰ ਸਾਰਾ ਪਤਾ ਹੈ ਟਾਈਮ ਹਨਾ ਕਿੰਨਾ ਹੋਇਆ ਇੱਥੇ। ਹਾਂਜੀ, ਮੈਂ ਤਾਂ ਹੀ ਕਹਾਂ, ਮੈਂ ਕਿਹਾ ਉੱਥੇ ਤਾਂ ਚਾਹ ਦਾ ਟਾਈਮ ਨਹੀਂ, ਉੱਥੇ ਤਾਂ ਰੋਟੀ ਪਾਣੀ ਦਾ ਟਾਈਮ ਹੋ ਗਿਆ। ਹਾਂਜੀ ਠੀਕ ਹੈ, ਅੱਜ ਦਾ ਟੌਪਿਕ ਸੁਣਿਆ ਤੁਸੀਂ? ਸੁਣਿਆ ਮੈਂ, ਕੀ ਹਾਲ ਹੈ, ਕਿਸ ਤਰ੍ਹਾਂ ਵਾਹ, ਤੇਰੇ ਕਿੰਨੇ ਪਿਆਰੇ ਲੱਗਦੇ ਪਏ ਮੈਨੂੰ। ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਕਾਂਟੇ ਵੀ ਸੋਹਣੇ ਪਾ ਕੇ ਆਈ, ਸਭ ਕੁਝ ਹੈ ਨਾ, ਸੋਹਣੀ ਲੱਗ ਰਹੀ ਆ ਮੈਨੂੰ, ਬਾਲ ਵੀ ਸੋਹਣੇ, ਕਾਂਟੇ ਵੀ ਸੋਹਣੇ, ਸੂਟ ਤੇ ਨਾ ਭਿਜਵਾ ਮੋਤੀ। ਦੂਸਰੀ ਕਲਾਪੋ ਕਿੱਥੇ ਚਲ ਗਈ? ਹੈ ਦੂਸਰੀ ਕਲਾਪੋ? ਭੇਜਤਾ ਉਹਨੂੰ ਆਪਾਂ, ਅਮਰੀਕੇ, ਅਮਰੀਕੇ ਭੇਜਤਾ ਉਹਨੂੰ। ਅੱਛਾ, ਅਮਰੀਕਾ ਆ ਗਈ? ਹਾਂ, ਕਹਿੰਦੀ ਮੈਂ ਫਿਲਮਾਂ 'ਚ ਆਣਾ ਆ ਹੁਣ। ਅੱਛਾ, ਫਿਲਮਾਂ 'ਚ ਆ ਗਈ, ਤੁਸੀਂ ਕਰਾਏਗੀ? ਤੇ ਕਹਿਣਾ ਤੁਸੀਂ ਵਿਆਹ ਬਾਰੇ ਨੀ ਕੁਛ ਦੱਸਣਾ ਵੀ ਜਿਹੜੀ ਜੋੜੀਆਂ ਹੁੰਦੀਆਂ, ਜਿਹੜੀਆਂ ਵਧੀਆ ਜੋੜੀਆਂ ਹੁੰਦੀਆਂ, ਉਹਨੂੰ ਨਿਭਾਉਣ ਦੇ ਪਿੱਛੇ ਕੀ ਹੱਥ ਹੁੰਦਾ ਉਹਨਾਂ ਦਾ? ਉਹਨਾਂ ਦਾ ਸਮਾਦੋ ਦਾ ਹੁੰਦਾ, ਮਾਦੋ ਸਿੱਖਿਆ ਦਿੰਦੇ ਨੇ, ਤੁਸੀਂ ਪਿਆਰ ਨਾਲ ਰਹਿਣਾ। ਬਿਲਕੁਲ ਬਿਲਕੁਲ ਬਿਲਕੁਲ, ਮਾਪੇ ਸਿਖਾਉਂਦੇ ਨੇ, ਹੈ ਮਾਪਿਓ ਦੀ ਸਿੱਖਿਆ ਤੇ ਚੱਲਦੇ ਨੇ ਤਾਂ ਹੀ ਸਕਸੈਸਫੁਲ ਹੁੰਦੀ ਹੈ। ਮਾਪੇ ਸਿੱਖਿਆ ਚੱਲਣਗੇ, ਤੁਸੀਂ ਪਿਆਰ ਨਾਲ ਰਹਿਣਗੇ, ਸੋਹਣੀ ਜੀ ਧੀਆਂ ਨੂੰ ਸਮਝਾਉਂਦੇ ਨੇ ਮਾਪੇ। ਬਹੁਤ ਵਧੀਆ ਗੱਲ ਕੀਤੀ ਤੁਸੀਂ, ਹੈਨਾ? ਬਿਲਕੁਲ ਬਿਲਕੁਲ ਬਿਲਕੁਲ, ਯਾਰ ਵੀ ਬੋਲੇ ਤੇ ਕੋਈ ਉੱਤੋਂ ਬੋਲਣਾ ਨਹੀਂ, ਜੇ ਸੱਸ ਬੋਲੇ ਤਾਂ ਨੀਚਾ ਬੋਲਣਾ, ਪਿਆਰ ਨਾਲ ਰਹਿਣਾ। ਪਿਆਰ ਨਾਲ ਰਹਿਣਾ ਆ, ਜਵਾਬ ਸਵਾਲ ਨਹੀਂ ਕਰਨੇ, ਇਹੀ ਸਿਖਾਉਂਦੇ ਮਾਪਿਓ ਹਨਾ? ਹਾਂਜੀ, ਮਾਪਿਓ ਇਹੀ ਸਿਖਾਉਂਦੇ। ਤੁਹਾਡੀ ਸਲਾਹ ਸਾਨੂੰ ਬਹੁਤ ਵਧੀਆ ਲੱਗੀ, ਮੈਨੂੰ ਲੱਗਦਾ ਹੈ ਵੀ ਸਾਡੇ ਕਾਲਰਸ ਜਿਹੜੇ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗੀ ਹੋਏਗੀ। ਥੈਂਕ ਯੂ ਸੋ ਮਚ ਜੀ। ਅੱਛਾ ਜੀ, ਓਕੇ, ਹੈਲੋ 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 ਜੀ। ਹਾਂਜੀ, ਹੌਲੀ ਹੌਲੀ ਬੋਲ ਰਿਹਾ ਕੋਈ ਅੱਜ? ਹਾਂਜੀ, ਕੌਣ ਜੀ ਤੁਸੀਂ? ਕੌਣ ਮੈਂ ਜੀ? ਹਾਂਜੀ ਹਾਂਜੀ, ਕੌਣ ਬੋਲ ਰਹੇ ਹੋ, ਨਾਮ ਦੱਸੋ। ਦੱਸੋ ਕੌਣ ਬੋਲ ਰਹੇ ਹੋ? ਜੇ ਤੁਸੀਂ ਹੌਲੀ ਆਵਾਜ਼ ਚ ਬੋਲੋਗੇ ਸਾਨੂੰ ਪਤਾ ਨਹੀਂ ਲੱਗੂਗਾ। ਦੱਸੋ ਨਾ, ਕਿਤੇ ਮੁਲਤਾਨੀ ਸਰ ਬੋਲ ਰਹੇ ਨੇ?
ਓਹੋ ਬੜਾ ਜੱਬ ਮੈਂ ਰੇਡੀਓ ਦਾ ਬੜਾ ਚੈਨਲ ਸੀ, ਆਵਾਜ਼ ਜਿਹੜਾ ਚੇਂਜ ਮਰਜ਼ੀ ਕੀਤਾ, ਲੱਗ ਜੇ ਹੁੰਦਾ ਤਾਂ ਰੇਡੀਓ ਹੀ ਆ, ਮੈਂ ਬੜਾ ਚੇਂਜ ਕੀਤਾ ਸੀ ਆਵਾਜ਼ ਨੂੰ, ਪਰ ਗੱਲ ਨਹੀਂ ਬਣੀ। ਹੁਣ ਐ ਕਰੂੰਗੇ ਤੁਸੀਂ ਹੈ, ਆਵਾਜ਼ਾਂ ਬਦਲ-ਬਦਲ ਕੇ ਸਾਡੇ ਨਾਲ ਗੱਲ ਕਰੂੰਗੇ? ਕੀ ਕਰਾਂ, ਆਵਾਜ਼ ਬਦਲ ਨਹੀਂ ਰਹੀ, ਬੜਾ ਕੁਛ ਬਹੁਤ ਕਰ ਰਿਹਾ ਆਵਾਜ਼ ਨੂੰ ਬਦਲ। ਕੱਚੇ ਚੋਰ ਹੋ ਨਾ ਸਰ, ਤੁਸੀਂ ਫੜੇ ਜਾਂਦੇ ਹੋ। ਹਾਂਜੀ ਕੱਚੇ ਚੋਰ ਹੋ, ਹਾਂ ਕੱਚੇ ਚੋਰ। ਸਹੀ ਗੱਲ, ਸਹੀ ਆਏ ਗੱਲ, ਠੀਕ ਹੈ। ਤੇ ਅੱਜ ਦਾ ਟੌਪਿਕ ਸੁਣਿਆ ਤੁਸੀਂ, ਕੀ ਹੈਗਾ? ਹਾਂ ਸੁਣਿਆ। ਕੀ ਕਹਿਣਾ ਚਾਹੋਗੇ? ਕਹਿਣਾ ਕੀ ਚਾਹੀਦਾ, ਜੇ ਇੱਕ ਘਰ ਗਰਮ ਹੋਵੇ ਤਾਂ ਦੂਸਰੇ ਨੂੰ ਠੰਡੇ ਰਹਿਣਾ ਚਾਹੀਦਾ। ਹਾਂ ਇੱਕ ਬੰਦਾ ਬੋਲ ਰਿਹਾ ਤਾਂ ਦੂਜੇ ਨੂੰ ਕਹਿਣਾ ਚਾਹੀਦਾ ਓਕੇ ਸੌਰੀ, ਨਾ ਠੰਡਾ ਹੋ, ਠੰਡਾ ਹੀ ਰਹਿਣਾ ਚਾਹੀਦਾ, ਆਪੇ ਰੌਲਾ ਰੌਲਾ ਪਾ ਕੇ ਚੁੱਪ ਕਰ ਜਾਏਗੀ। ਠੀਕ ਹੈ, ਅੱਛਾ ਆਪੇ ਬੋਲ ਬੋਲ ਕੇ ਚੁੱਪ ਕਰ ਜੂਗੀ ਜਦੋਂ ਥੱਕ ਜੂਗੇ ਤੇ। ਖਾਣ ਬਹੁਤ ਹੀ ਯਾਦ ਰੱਖੇ ਨੇ ਨਾ ਇਹ, ਮੈਂ ਲੱਗਾ ਸੀ ਕਹਿਣ ਤੁਸੀਂ ਕਹਿਤਾ ਜਲਦੀ ਨਾਲ, ਕਿਵੇਂ ਮੈਂ ਕਹਿਣ ਲੱਗਾ ਸੀ ਤੇ ਕਹਿ ਤੁਸੀਂ ਦਿੱਤਾ ਜਲਦੀ। ਵੇਖ ਲਓ ਹੁਣ ਇੰਨੀ ਦੇਰ ਹੋ ਗਈ ਤੁਹਾਡੇ ਨਾਲ ਗੱਲਬਾਤ ਕਰਦੇ ਰੈਗੂਲਰ, ਤੁਸੀਂ ਸਾਡੇ ਕਾਲਰ ਹੈਗੇ ਹੋ ਤੇ ਸਾਨੂੰ ਇੰਨਾ ਨਹੀਂ ਪਤਾ ਲੱਗੇ ਪਾ ਤੁਸੀਂ ਕੀ ਕਹਿਣਾ ਚਾਹੋਗੇ, ਹੈਨਾ? ਸਭ ਪਤਾ ਲੱਗ ਜਾਂਦਾ ਸਾਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਕੀ ਤੁਹਾਡੀ ਗੱਲ ਠੀਕ ਹੈ, ਗੱਲ ਇਦਾਂ ਬਈ ਜੇ ਅਜੇ ਬੱਚੇ ਬੁੱਚੇ ਸਮਝਦਾਰ ਨੇ, ਜੇ ਉਹ ਜੇ ਬੱਚੇ ਹੁੰਦੇ ਭਾਵੇਂ ਸਾਨੂੰ ਰੋਜ਼ ਹੀ ਲੜਾਈ ਪਾ ਛੱਡਿਆ ਕਰਨ, ਕਹਿਣ ਵੀ ਇਹ ਗੱਲਾਂ ਬੋ ਰੋਜ਼ ਨਵਾਂ ਸੂਟ ਪਾ ਕੇ ਸਾਨੂੰ ਵੀ ਨੀ ਲੈ ਕੇ ਦਿੰਦੇ। ਅੱਛਾ ਮੁਸ਼ਕਲ ਜੀ ਹੋ ਜਾਏਗੀ ਬੜੀ। ਐ ਕਰਨਾ ਆ ਆਪਣਾ ਪੁਰਾਣਾ ਟਰੰਕ ਖੋਲਣਾ ਆ ਤੇ ਉਹ ਚ ਸਾਰੇ ਕੱਪੜੇ ਕੱਢ ਲੈਣੇ ਆ, ਵੀ ਹੁਣ ਪੁਰਾਣੇ ਹੀ ਕੱਪੜੇ ਪਾ ਕੇ ਆਈ ਜਾਣੇ ਆ। ਨਹੀਂ ਪੁਰਾਣੇ ਤਾਂ ਨਹੀਂ, ਤੁਸੀਂ ਉਹ ਫਿਰ ਜਿਹੜੇ ਫੈਸ਼ਨ ਵਾਲੇ ਕੱਪੜੇ ਲਿਆਉਂਦੇ ਹੋ ਪਾਉਂਦੇ ਹੋ, ਬੜੇ ਕੀਮਤੀ ਨੇ ਤੇ ਮਾੜਾ ਬੰਦਾ ਦੋਵੇਂ ਬਸ ਖਤਮ ਹੋ ਜਾਏ। ਹੁਸ਼ਿਆਰਪੁਰ ਲਿੱਤਾ ਨਾ ਮੈਂ ਸੂਟ ਤਾਂ ਕਰਕੇ, ਰੋਟੀ ਵੀ ਔਖਾ ਹੋ ਜਾਏ। ਨਹੀਂ ਨਹੀਂ ਰੋਟੀ ਨੂੰ ਕਾਹਨੂੰ ਔਖਾ ਹੋਣਾ, ਆਪਾਂ ਏਦਾਂ ਕਰਦੇ ਆ, ਪਰ ਏਦਾਂ ਕਰਦੇ ਆਪਾਂ ਏਦਾਂ ਦੇ ਨਵੇਂ ਸੂਟ ਪਾ ਕੇ ਨਹੀਂ ਆਣੇ, ਮਿੱਟੀ ਪਾ ਦੇਣੀ ਹੈ ਗੱਲ ਤੇ। ਪੁਰਾਣੇ ਬਜ਼ੁਰਗ ਬੁੜੀਆਂ ਪਾਉਂਦੀਆਂ, ਪੁਰਾਣੀਆਂ ਮਾਈਆਂ, ਹਨਾ? ਹਾਂਜੀ ਉਹ ਮੰਗ ਕੇ ਲਿਆਣੇ ਪੈਣੇ ਮੈਨੂੰ ਕਿਸੇ ਕੋਲੋਂ। ਬਸ ਫੇਰ ਬਾਬਾ ਤੁਸੀਂ ਆਪਣਾ ਹੀ ਰੱਖੋ ਇਹ ਜਗਾੜ, ਠੀਕ ਹੈ? ਤੇ ਹੋਰ ਕੀ, ਮੈਂ ਕਿਤੇ ਇੰਨੇ ਪੁਰਾਣੇ ਜ਼ਮਾਨੇ ਦੀ ਥੋੜੀ ਹੈਗੀ ਆ, ਮੈਨੂੰ ਕਿੱਥੋਂ ਮਿਲਨੇ ਆ ਸੂਟ? ਲੋਕੀ ਵਿਗੜਦੇ ਬੜੇ, ਮੈਂ ਤਾਂ ਕਹਿ ਰਿਹਾ। ਨਹੀਂ ਕੋਈ ਨੀ ਵਿਗੜਦਾ ਸਰ, ਤੁਸੀਂ ਕਹਿ ਕਹਿ ਕੇ ਵਿਗਾੜ ਦਿੰਦੇ ਹੋ। ਸਾਰੇ ਖੁਸ਼ ਰਹਿਣੇ ਚਾਹੀਦੇ, ਆਪਾਂ ਤਾਂ ਹੀ ਤਾਂ ਪੁੱਛ ਰਹੇ ਹਾਂ ਵੀ ਤੁਹਾਡੇ ਕੋਲ ਸੁਜੈਸ਼ਨਸ ਲੈ ਰਹੇ ਹਾਂ ਵੀ ਜਿਨ੍ਹਾਂ ਨੂੰ ਨਹੀਂ ਪਤਾ ਵੀ ਸਾਡਾ ਨੰਬਰ ਕੋਈ ਨਹੀਂ ਚੰਡੀਗੜ੍ਹ ਦਾ, ਜਦੋਂ ਮੈਂ ਉੱਥੇ ਆਵਾਂ ਵੀ ਤੇ ਮੈਂ ਤੁਹਾਨੂੰ ਫੋਨ ਕਰਾਂਗਾ। ਹੁਣ ਦੱਸੋ ਹੁਣ ਗੱਲਬਾਤ ਕਰੋ, ਤੁਸੀਂ ਤੇ ਸਾਨੂੰ ਉੱਥੇ ਖੰਗਣ ਨਹੀਂ ਦਿੰਦੇ ਹੈ। ਲੜਨਾ ਹੈ ਮੇਰੇ ਨਾਲ, ਤੁਸੀਂ ਆ ਗਿਆ ਉੱਥੇ ਬੈਠੇ ਤੋਂ ਲੜਨਾ ਹੈ, ਜੋ ਚੰਡੀਗੜ੍ਹ ਉਦੋਂ ਵੀ ਲੜਨਾ ਹੈ।
ਆਹੋ ਫੇਰ ਕਹਾਂਗਾ ਵੀ ਹੁਣ ਦੱਸੋ ਕਿ ਤੁਸੀਂ ਸੂਟ ਲੈਂਦੇ ਹੋ, ਦੱਸੋ ਮੈਨੂੰ, ਫੇਰ ਵੇਖ ਲਓ ਘੁੰਮ ਫਿਰ ਕੇ ਫੇਰ ਤੁਸੀਂ ਸੂਟਾਂ ਤੇ ਆ ਗਏ। ਮੈਂ ਕਰਨਾ, ਮੈਂ ਚੈਨਲ ਵਾਲੇ ਨੂੰ ਪੁੱਛਣਾ ਆ ਵੀ ਕੀ ਚੱਕਰ ਆ, ਆ ਸੂਟ ਮੇਰੇ ਇੰਨੇ ਮਾੜੇ ਆ ਵੀ ਮੁਲਤਾਨੀ ਸਾਹਿਬ ਮੈਨੂੰ ਹਮੇਸ਼ਾ ਹੀ ਬੋਲਦੇ ਨੇ। ਨਹੀਂ ਨਹੀਂ ਮਾੜੇ ਨਹੀਂ, ਮੈਂ ਕਹਿੰਦਾ ਚੰਗੇ ਨੇ, ਬੜੇ ਕੀਮਤੀ ਜ਼ਿਆਦਾ ਚੰਗੇ ਨੇ, ਮਾੜਾ ਮਾੜੇ ਬੰਦੇ ਕਿੱਥੋਂ ਪਾਣਾ ਹੈ ਗੁਰੂ। ਠੀਕ ਆ ਜੀ, ਹੁਣ ਅਗਲੇ ਕਾਲ ਨਾਲ ਗੱਲ ਕਰ ਲਈ ਉਹ ਨਾਰਾਜ਼ ਹੋ ਜਾਊਗਾ। ਹੈਲੋ 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 ਹੈਲੋ, ਹਾਈ ਬਾਏ ਬਾਏ। ਹੈਲੋ ਬਤਾਓ, ਹੁਣੀ ਹੁਣੀ ਹਾਏ ਬੋਲੀ ਤੇ ਹੁਣੀ ਹੁਣੀ ਬਾਏ ਬੋਲਤੀ, ਮੈਂ ਤਾਂ ਨਾਰਾਜ਼ ਹੋ ਗਈ ਜੀ ਇਹਨਾਂ ਨਾਲ। ਕੋਈ ਗੱਲ ਨਹੀਂ, ਮੈਨੂੰ ਲੱਗਦਾ ਇਹਨਾਂ ਨੂੰ ਆਵਾਜ਼ ਨਹੀਂ ਪਸੰਦ ਆਈ, ਕੱਟਿਆ ਗਿਆ ਹੋਣਾ ਕੀ ਪਤਾ, ਜਾਂ ਇਹ ਸੋਚ ਰਹੇ ਹੋਣੇ ਆ ਵੀ ਕੀ ਸਲਾਹ ਦੇਵਾਂ, ਜਾਂ ਆਪਣੀ ਹਾਲੇ ਵਿਆਹ ਦੇ ਹੋਣੇ। ਹੈਲੋ, ਆ ਵੇਖ ਲਓ ਫਿਰ ਟੀਵੀ ਦੀ ਆਵਾਜ਼ ਇੰਨੀ ਉੱਚੀ ਕੀਤੀ ਹੋਈ ਆ। ਹੈਲੋ, ਵੋਲਿਊਮ ਹੌਲੀ ਕਰ ਲਓ। ਹੈਲੋ ਸਤਿ ਸ਼੍ਰੀ ਅਕਾਲ, ਥੋੜਾ ਜਿਹਾ ਆਪਣਾ ਵੋਲਿਊਮ ਵਧਾ ਲਓ। ਤੁਸੀਂ ਥੋੜਾ ਜਿਹਾ ਉੱਚੀ ਬੋਲੋ, ਮੈਨੂੰ ਉੱਚਾ ਸੁਣਦਾ ਆ। ਹਾਂਜੀ, ਟੌਪਿਕ ਕਿਹੜਾ ਦੱਸੋ। ਮੇਰਾ ਤਾਂ ਹੋਰ ਟੌਪਿਕ ਹੈ। ਕੀ ਟੌਪਿਕ ਹੈ ਤੁਹਾਡਾ? ਜਿਹੜੇ ਲੋਕ ਆਪਣੇ ਨਾਂ ਦੇ ਪਿੱਛੇ ਸਿੰਘ ਲਿਖਦੇ ਪਏ, ਅੱਛਾ, ਕੀ ਉਹਨਾਂ ਲੋਕਾਂ ਨੂੰ ਲੱਗੀ ਸਿੰਘ ਲਿਖਣ ਤੇ ਕਿ ਸਰ ਐਕਚੁਲੀ ਪਤਾ ਕੀ ਗੱਲ ਹੈਗੀ ਆ, ਤੁਹਾਨੂੰ ਸਾਨੂੰ ਨਾ ਤੁਹਾਡੀ ਆਵਾਜ਼ ਨਾ ਜਿਹੜੀ ਹੈਗੀ ਪੂਰੀ ਤਰ੍ਹਾਂ ਆ ਨਹੀਂ ਰਹੀ। ਅਸੀਂ ਇਹ ਸਮਝ ਸਕਦੇ ਵੀ ਤੁਸੀਂ ਕੋਈ ਨਵਾਂ ਟੌਪਿਕ ਸਾਨੂੰ ਦੇਣਾ ਚਾਹ ਰਹੇ ਹੋ, ਪਰ ਨਾ ਕੀ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ। ਐਂ ਕਰੋ, ਤੁਸੀਂ ਦੁਬਾਰਾ ਕਾਲ ਲਾ ਲਓ। ਠੀਕ ਆ ਜੀ, ਆ ਜਿਹੜੇ ਕਾਲਰ ਸੀਗੇ ਸਾਨੂੰ ਕੋਈ ਸਲਾਹ ਦੇਣਾ ਚਾਹੁੰਦੇ ਸੀਗੇ, ਥੋੜ੍ਹੀ ਹਟ ਕੇ ਵੀ ਕਿਵੇਂ ਦੇ ਕੋਈ ਨਵਾਂ ਟੌਪਿਕ ਚਾਹੁੰਦੇ ਸੀਗੇ ਡਿਸਕਸ ਕਰਨ ਨੂੰ, ਪਰ ਸਮਝ ਨਹੀਂ ਲੱਗ ਰਹੀ ਸੀਗੀ। ਕੋਈ ਗੱਲ ਨਹੀਂ ਜੀ, ਦੁਬਾਰਾ ਪੈਚ ਕਰ ਲਾਂਗੇ ਕਾਲ, ਅਤੇ ਹੁਣ ਵਿਹਲਾ ਹੋ ਗਿਆ ਜੀ, ਜਾਣ ਦਾ ਕੀ ਕਰੀਏ। ਇੰਨੀਆਂ ਬੜੀਆਂ ਸਲਾਹਾਂ ਜਿਹੜੀਆਂ ਹੈਗੀਆਂ ਮੈਂ ਜਾ ਕੇ ਆਪਣੇ MD ਸਰ ਨੂੰ ਦੇਣੀਆਂ ਵੀ ਸਰ ਆਹ ਫੜੋ ਸਲਾਹਾਂ, ਅਤੇ ਜੇ ਆਪਣੀ ਜੋੜੀ ਨੂੰ ਤੁਸੀਂ ਸਕਸੈਸਫੁਲ ਬਣਾਉਣਾ ਹੈ ਨਾ ਤਾਂ ਇਹੀ ਓ ਫਾਰਮੂਲਾ ਹੈ, ਹੈ ਕਿ ਨਹੀਂ? ਅਤੇ ਆਪਾਂ ਹੁਣ ਜਾ ਕੇ ਉਹਨਾਂ ਨੂੰ ਇਹ ਸਾਰੀਆਂ ਸਲਾਹਾਂ ਦੇ ਦੇਣੀਆਂ ਪੈਕਟ 'ਚ ਪਾ ਕੇ। ਤਦ ਤੱਕ ਲਈ ਨਾ ਆਪਾਂ ਇੱਦਾਂ ਕਰਦੇ, ਨਵੇਂ ਟੌਪਿਕ ਬਾਰੇ ਕੁਝ ਸੋਚਦੇ ਹਾਂ, ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਜੀ ਨਵੇਂ ਐਪੀਸੋਡ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਸਤਿ ਸ਼੍ਰੀ ਅਕਾਲ।